ਹਾਂ ਨਹੀਂ ਸਮਝ ਆਈ ਦੁਬਾਰਾ ਬੋਲਿਓ ਮੇਰਾ ਰਿਵੀਜ਼ਿਓ ਨ ਪਤੰਤਿ ਵਾਲਾ ਸੀਗਾ ਤ੍ਰਿੰਤ ਅਦਮੰਦੇ ਵਾਲਾ ਸੀ ਅੱਛਾ ਰਿਵੀਜ਼ਿਓ ਨੇ ਪਤੰਤੇ ਵਾਲਾ ਸੀ ਲੋਕੀ ਬੜੇ ਡਿਫਰੈਂਟ ਜੇ ਸਟੂਡੈਂਟ ਨੇ ਸਾਡੇ ਨਾਜ਼ਰੀਨ ਇਹਨਾਂ ਨੂੰ 30 ਸਵਾਲ ਵਾਲਾ ਪੇਪਰ ਸੀ ਰਿਵੀਜ਼ਿਓ ਨੇ ਇਹਨਾਂ ਨੂੰ ਤੇ ਥੋੜਾ ਦੱਸੋਗੇ ਕਿ ਰਿਵੀਜ਼ਿਓ ਨੇ ਕਿਉਂ ਲਿਖ ਦਿੱਤੀ ਉਹਨਾਂ ਨੇ ਇਹ ਜਿੱਦਾਂ ਕਹਨੋ ਕਿ 17 ਸਾਲ ਪਹਿਲਾਂ ਮੇਰੀ ਐਕਸੀਡੈਂਟ ਹੋਇਆ ਸੀਗਾ ਪੌਂਤੀਆ ਮੁਕਦੀਆਂ ਸੀ ਅੱਛਾ ਜੀ ਇਨੇ ਸਾਲ ਮੈਂ ਗੱਡੀ ਚਲਾਈ ਗਿਆ ਹੁਣਾਂ ਪੌਂਟੀਆਂ ਕੋਈ ਨਹੀਂ ਚੈੱਕ ਕੀਤੀਆਂ ਠੀਕ ਹੈ ਜੀ ਤੇ ਹੁਣ ਉਹਨਾਂ ਇੱਕ ਗਲਤੀ ਕਰਕੇ ਪੌਂਟੀਆਂ ਚੈੱਕ ਕੀਤੀਆਂ ਪੌਂਟੀਆਂ ਨਹੀਂ ਕਿ ਉਹਨਾਂ ਚ ਛਿਪੇ ਛੱਡ ਅੱਛਾ ਨਾ ਤੁਹਾਨੂੰ ਪਤਾ ਸੀ ਪੌਂਟੀਆਂ ਖਤਮ ਹੋ ਗਈ ਨਹੀਂ ਮੈਂ ਕੋਈ ਨਹੀਂ ਚੈੱਕ ਕੀਤੀਆਂ ਸਰ ਜੀ ਤੇ ਮੈਂ 17-18 ਸਾਲ ਹੋ ਗੱਡੀ ਚਲਾਉਂਦੇ ਨੂੰ ਜਰਮਨ ਗਿਆ ਕਾਫੀ ਵਾਰ 10 ਵਾਰ ਜਰਮਨ ਗਿਆ ਹੁਣ ਚੈੱਕ ਵੀ ਹੋਇਆ ਕਿਸੇ ਨੇ ਨਹੀਂ ਕੁਝ ਨਹੀਂ ਆਖਿਆ ਚੈੱਕ ਕਰਦੇ ਸੀ ਠੀਕ ਹੈ ਅੱਛਾ ਸਰ 17 ਸਾਲ ਬਾਦ ਉਹਨਾ ਚੈੱਕ ਕੀਤਾ 17 ਸਾਲ ਬਾਦ ਮੈਨੂੰ ਦੁਬਾਰਾ ਕਰਨਾ ਪਿਆ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨੀ ਚੰਗੀ ਤਰ੍ਹਾਂ ਪੜਾਇਆ ਕਿ ਮੈਂ ਡੇਢ ਮਹੀਨੇ ਚ ਕਵਰ ਕਰ ਗਏ ਅੱਛਾ ਸਿਰਫ ਡੇਢ ਮਹੀਨੇ ਚ ਬਹੁਤ ਸ਼ਾਨਦਾਰ ਜੀ ਪਇਓਂਕਾਰ ਸਾਹਿਬ ਦਾ ਰਿਵੀਜ਼ਨ ਨੇ ਉਹਨਾਂ ਲਿਖ ਦਿੱਤਾ ਸੀ ਰਿਵੀਜ਼ਨ ਨੇ ਉਹਨਾਂ ਸਟੂਡੈਂਟਸ ਕੇ ਅਗਰ ਤੁਹਾਡੇ ਕੋਲ ਲਾਇਸੈਂਸ ਹੈ ਲੇਕਿਨ ਤੜੀਆਂ ਪੂੰਤੀਆਂ ਸਿਫਰ ਹੋ ਜਾਣ ਤੇ ਉਹ ਫਿਰ ਦੁਬਾਰਾ ਕਹਿੰਦੇ ਨੇ ਕਿ ਜਾਓ ਤੁਸੀਂ ਦੁਬਾਰਾ ਥਿਊਰੀ ਕਰੋ ਲੇਕਿਨ ਉਹ ਥਿਊਰੀ ਫਿਰ 30 ਸਵਾਲਾਂ ਵਾਲੀ ਆਂਦੀ ਹੈ ਉਹ 40 ਸਵਾਲਾਂ ਵਾਲੀ ਨਹੀਂ ਹੁੰਦੀ ਤੇ ਇਹਦੇ ਚ ਪਾਜੀ ਤੁਹਾਨੂੰ ਕਿੰਨੀਆਂ ਗਲਤੀਆਂ ਦੀ ਜਾਂਚ ਸੀ ਉਹਨਾਂ ਦੀ ਤਰਫੋਂ ਇਹਨਾਂ ਚ ਤਰੇ ਗਲਤੀਆਂ ਦੀ ਜਾਂਚ ਸੀ ਹਾਂ ਯਾਨੀ 40 ਤੇ 4 30 ਤਰੇ ਤਿੰਨ ਗਲਤੀਆਂ ਤਿੰਨ ਤੇ ਅੱਛਾ ਤੁਸੀਂ ਲੇਕਿਨ 17 ਸਾਲ ਪਹਿਲੇ ਪੜ੍ਹ ਕੇ ਨਹੀਂ ਸੀ ਕੀਤਾ ਸ਼ਾਇਦ ਉੱਤੇ ਉਦੋਂ ਆਪਣੇ ਪਾਲ ਬਹੁੱਚ ਸੀਗਾ ਆਪਾਂ ਜਦਾਂ ਲੇਕਿਨ ਤੁਸੀਂ ਫਿਰ ਬੈਠੇ ਫਸ ਗਏ ਹੈ ਨਾ ਮੈਨੂੰ ਦੁਬਾਰਾ ਐਨ ਵਿੱਚ ਫਸ ਗਏ ਅੱਛਾ ਲੇਕਿਨ ਤੁਹਾਨੂੰ ਕੀ ਲੱਗਦਾ ਹੈ ਅਗਰ ਹੁਣ ਦੁਬਾਰਾ ਕਰਨਾ ਪੈ ਜਾਏ ਤੇ ਈਜ਼ੀ ਹੈ ਨਾ ਤੁਹਾਡੇ ਵਾਸਤੇ ਹਾਂ ਈਜ਼ੀ ਹੈ ਹੁਣ ਤਾਂ ਜਿੱਦਾਂ ਜੇਹਸਾਬ ਨਾਲ ਕੀਤਾ ਕੋਈ ਮੁਸ਼ਕਲ ਨਹੀਂ ਦੇਖੋ ਮਾਸ਼ਾਅੱਲਾ ਐਸੀ ਇਹਨਾਂ ਦੀ ਹੋ ਗਈ ਹੈ ਨਾ ਉਹ ਰੰਗ ਰੂਟੀ ਜਿਵੇਂ ਫੌਜੀਆਂ ਦੀ ਨਹੀਂ ਸਟਾਰਟਿੰਗ 'ਚ ਹੋ ਜਾਂਦੀ ਹਾਂਜੀ ਹਾਂਜੀ ਕੋਈ ਟੈਨਸ਼ਨ ਨਹੀਂ ਦੇਖੋ ਨਾਜ਼ਰੀਨ ਆ ਪੜਨ ਦੀ ਮੋਜ